ਤਸਵੀਰਾਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਨੌਜਵਾਨ ਨੂੰ ਭਰਤੀ ਕਰਵਾਇਆ ਗਿਆ। ਆਰੋਪ ਲਗਾਏ ਜਾ ਰਹੇ ਹਨ ਕਿ ਨੌਜਵਾਨ ਵਿਆਹ ਦਾ ਕਾਰਡ ਦੇ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਲੱਤ ਤੋੜ ਦਿੱਤੀ ਗਈ ਹੈ ਅਤੇ ਉਸ ਨੂੰ ਝੋਨੇ ਵਾਲੇ ਖੇਤਾਂ ਦੇ ਵਿੱਚ ਸੁੱਟ ਕੇ ਹਮਲਾਵਰ ਫਰਾਰ ਹੋ ਗਏ ਹਨ। ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਵਿਆਹ ਦਾ ਕਾਰਡ ਦੇਣ ਦੇ ਲਈ ਗਿਆ ਹੋਇਆ ਸੀ। ਉਹਨਾਂ ਨੇ ਕਿਹਾ ਕਿ ਇਸ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਅਤੇ ਜਿਸ ਦਾ ਕਾਰਡ ਉਹ ਰਿਸ਼ਤੇਦਾਰੀ ਦੇ ਵਿੱਚ ਦੇਣ ਗਿਆ ਸੀ ਤਾਂ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਘੇਰ ਲਿਆ ਗਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ 3 ਵਾਰ ਨੌਜਵਾਨ 'ਤੇ ਹਮਲੇ ਕੀਤੇ ਜਾ ਚੁੱਕੇ ਹਨ ਲੇਕਿਨ ਉਹਨਾਂ ਨੂੰ ਹਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਹੁਣ 4ਵੀਂ ਵਾਰ ਨੌਜਵਾਨ 'ਤੇ ਹਮਲਾ ਕੀਤਾ ਗਿਆ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਹਨਾਂ ਦੀ ਪਹਿਲਾਂ ਜੀ ਕੋਈ ਰੌਲਾ ਸੀਗਾ, ਬੜੇ ਚਿਰ ਹੋ ਗਿਆ, ਅੱਗੇ ਵੀ 1-2 ਵਜੇ ਦੇ ਗੱਲ ਪਏ ਆ, ਸ਼ਹਿਰ ਵਿੱਚ ਕੁੱਟਿਆ ਕਾਪੇ ਕੁਪੇ ਮਾਰ ਗਿਆ ਸੀ, ਉਦੋਂ ਵੀ ਦਾਖਲ ਕੀਤਾ ਸੀ, ਉਂਗਲ ਟੁੱਟ ਗਈ ਸੀ, ਉਦੋਂ ਕੁਛ ਨਹੀਂ ਕਾਰਵਾਈ ਪੁਲਿਸ ਨੇ ਕੀਤੀ। ਹੁਣ ਫੇਰ ਇਹਦਾ ਵਿਆਹ ਰੱਖਿਆ ਸੀ, ਇੱਕ ਤੇ ਬੇਲੀ ਸੱਜਣ ਉੱਥੇ ਕਾਰਡ ਦੇਣ ਗਿਆ ਸੀ ਵਿਆਹ ਦਾ ਤੇ ਰਸਤੇ ਵਿੱਚ ਆਉਂਦਾ ਪਿਆ ਸੀ, ਪਤਾ ਨਹੀਂ ਕਿਸੇ ਨੇ ਫੋਨ ਫਾਨ ਕਰਕੇ ਮੁੰਡੇ ਮੰਗਾ ਲਏ, 10-12 ਮੁੰਡੇ ਆਏ ਸੀ, ਮੂੰਹ ਬੰਨੇ ਹੋਏ ਸੀਗੇ ਤੇ ਇਹਨੂੰ ਸੱਟਾਂ ਮਾਰੀਆਂ ਤੇ ਡਰੈਣ ਦੇ ਵਿੱਚ ਝੋਨੇ ਦੇ ਸੱਟਿਆ ਪਿਆ ਸੀ। ਜਦੋਂ ਸਾਨੂੰ ਫੋਨ ਕਿਸੇ ਮੁੰਡੇ ਨੇ ਕੀਤਾ ਵੀ ਤੁਹਾਡਾ ਮੁੰਡਾ ਇੱਥੇ ਪਿਆ, ਅਸੀਂ ਮੋਟਰਸਾਈਕਲ ਤੇ ਗਏ ਹਾਂ ਤਾਂ ਵੇਖਿਆ ਤੇ ਜੀ ਸਾਰਾ ਪਾਣੀ ਵਿੱਚ ਪਿਆ ਸੀ, ਫਿਰ ਚੱਕ ਕੇ ਅਸੀਂ ਸੜਕ ਤੇ ਲਿਆਂਦਾ, ਫਿਰ ਉਹ ਆਟੋ ਵਾਲੇ ਵੀਰ ਜੀ ਲੰਘੇ ਸੀ, ਉਹਨਾਂ ਨੂੰ ਹੱਥ ਕੀਤਾ ਫਟਾਫਟ, ਫਿਰ ਅਸੀਂ ਹਸਪਤਾਲ ਲਿਆਂਦਾ ਜੀ, ਇੱਕ ਤੇ ਦਾਖਲ ਕਰਾਤਾ। ਸੱਟਾਂ ਇੱਕ ਤਾਂ ਲੱਤ ਟੁੱਟ ਗਈ ਆ, ਇੱਕ ਬਾਹ ਟੁੱਟ ਗਿਆ, ਬਾਕੀ ਉਹ ਕਾਪੇ ਵੱਜੇ ਹੋਏ ਆ। ਜਿਸ ਇਹਨਾਂ ਦੇ ਜੀ ਮੁੰਡੇ ਮੁੰਡੇ ਦੇ ਆਪਸ ਵਿੱਚ ਕੋਈ ਰੌਲਾ ਸੀਗਾ ਜੀ, ਸ਼ਹਿਰ ਬਾਜ਼ਾਰ ਵਿੱਚ ਕੋਈ ਹੋ ਗਿਆ ਸੀਗਾ ਤੇ ਵਿਆਹ ਸ਼ਾਦੀ 'ਚ ਕੋਈ ਲੜਾਈ ਹੋਈ ਸੀ, ਉਹ ਉਦੋਂ ਦੀ ਲੜਾਈ ਚੱਲੇ ਆਉਂਦੇ ਆ। ਉਹ ਜਦੋਂ ਵੀ ਇਕੱਲਾ ਹੈਗਾ ਇਹਨੂੰ ਕਿੱਥੇ ਜਿੱਥੇ ਵੱਲ ਲੈਂਦੇ ਇਕੱਲੇ ਜਾਣੇ ਨੂੰ। ਵਿਆਹ ਹੋਇਆ ਸੀ ਤੇ ਪੈਲਸ ਵਿੱਚ ਲੜਾਈ ਹੋਈ, ਫਾਜ਼ਿਲਕਾ ਪੈਲਸ ਹੈਗੀ ਸੀ ਉੱਥੇ ਵਿਆਹ ਸੀਗਾ, ਉੱਥੇ ਪੈਲਸ 'ਚ ਲੜਾਈ ਹੋਈ ਸੀ, ਉੱਥੇ ਜਾਣ ਮਾੜਾ ਮੋਟਾ ਲੜਾਈ ਹੋਈ, ਚਾਟ ਮੁੱਕ ਹੋਈ, ਮੁੜ ਕੇ ਇਹਨੂੰ ਫਾਟਕ 'ਤੇ ਕੁੱਟਿਆ ਜਾਂਦੇ, ਕਾਪੇ ਕੂਪੇ ਮਾਰ ਗਏ ਉਦੋਂ ਵੀ, ਫਿਰ ਅਸੀਂ ਇਹਨੂੰ ਉਦੋਂ ਦਾਖਲ ਕਰਾਇਆ ਸੀ, ਉਦੋਂ ਸਾਡੀ ਕਾਰਵਾਈ ਨਹੀਂ ਹੋਈ, ਪੁਲਿਸ ਨੇ ਸਾਡੀ ਕਾਰਵਾਈ ਨਹੀਂ ਕੀਤੀ ਕੋਈ ਵੀ, ਫਿਰ ਅਸੀਂ ਚੁੱਪ ਕਰ ਗਏ। ਫਿਰ ਉਦੋਂ ਬਾਅਦ ਹੁਣ ਫਿਰ 2 ਵਾਰੀ ਫਿਰ ਗੱਲ ਪਏ ਆ, ਹੁਣ 3-4 ਵਾਰ ਫਿਰ ਗੱਲ ਪਏ ਆ। ਹੁਣ ਮੰਗ ਚਾਹੁੰਦੇ ਹਾਂ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ, ਸਾਡਾ ਮੁੰਡਾ ਇਕੱਲਾ ਹੈਗਾ, ਜਦੋਂ ਉਹਨਾਂ ਨੇ ਤਾਂ ਕੰਮ ਧੰਦੇ ਬਾਜ਼ਾਰ ਵੀ ਆਉਣਾ, ਸਾਡੇ ਹੁਣ ਸਾਡੇ ਨਾਲ ਆਉਂਦਾ, ਵਿਆਹ ਰੱਖਿਆ ਹੋਇਆ ਸੀ ਤਾਂ ਤੇ ਆਉਂਦਾ ਤੇ ਡਰ ਕੇ ਆਉਣੇ ਆ, ਨਾਲ ਲੈ ਕੇ ਆਉਣੇ ਆ, ਜਦੋਂ ਆਉਣੇ ਉਹ ਜਦੋਂ ਕਦੋਂ ਵੀ ਜਿੱਥੇ ਵੀ ਉਹ ਫੜ ਲੈਂਦੇ ਆ ਇਕੱਲੇ ਨੂੰ ਵੇਖ ਕੇ। ਹਾਂਜੀ ਇਕੱਲਾ ਇਹ ਮਸਲਾ ਹੋ ਗਿਆ ਜੀ, ਮੈਂ ਅੱਜ ਆਇਆ ਸੀ ਇੱਥੇ, ਮੇਰਾ ਸਹੁਰਾ ਪਰਿਵਾਰ ਆ ਇਹ, ਤੇ ਪਹਿਲਾਂ ਕੋਈ ਰੰਜ ਚੱਲਦੀ ਸੀ ਇਹਨਾਂ ਦੀ, ਉਹ ਤੇ ਵਿਆਹ ਦਾ ਕਾਰਡ ਦੇਣ ਗਏ ਆ ਇਹ, ਤੇ ਉਹ ਰਾਹ 'ਚ ਕੋਈ ਨਹਿਰ ਆ ਡਰੇਨ, ਉੱਥੇ ਇਹਨਾਂ ਨੂੰ ਵੱਲ ਲਿਆ ਤੇ ਕੋਈ ਕਾਪੇ ਮਾਰੇ ਆ, ਬਾਂਹ ਤੋੜੀ ਆ ਤੇ ਲੱਤ ਤੋੜਦੀ, ਇੱਕ ਜਾਣ ਕੇ ਜਾਨੀ ਮਾਨੀ ਮਾਰਨ ਹੀ ਆਏ ਸੀ ਇੱਕ ਹਿਸਾਬ ਨਾਲ, ਕੋਈ ਆਵਾਜਾਈ ਕਰਕੇ ਮੁੰਡਿਆਂ ਨੇ ਬੱਚਤ ਹੋ ਗਈ ਆ। ਇਹ 2 ਜਣੇ ਸੀਗੇ ਜੀ, ਸੱਟ 1 ਜਣੇ ਦੇ ਲੱਗੀ ਆ ਜੀ, ਵਿਆਹ ਦਾ ਆਪਦਾ ਸੀਗਾ ਵਿੱਕੀ ਦਾ ਜੀ, 13 ਤਰੀਕ ਦਾ ਜੀ। ਇਹ ਵੰਜਸ ਵੈਸੀ ਚੱਲ ਰਹੀ ਇਹਨਾਂ ਦੀ ਆਪਸ ਮੇ ਜੀ, ਮੁੰਡੇ ਪਿੰਡ ਦੇ ਆ ਕੋਈ ਬਾਹਰ ਦੇ ਆ, ਇਸ ਤਰ੍ਹਾਂ ਕਰਕੇ ਜੀ ਹਾਲਾਤ, ਇੱਕ ਤਾਂ ਬਾਂਹ ਟੁੱਟ ਗਈ ਆ ਜੀ, ਇੱਕ ਲੱਤ ਟੁੱਟ ਗਈ ਆ ਤੇ ਹਾਲਾਤ ਮਾੜੇ ਆ ਜੀ। ਕਾਰਵਾਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਜਿਨ੍ਹਾਂ ਨੇ ਕੀਤਾ ਕੰਮ ਇਹ। ਸਰ ਮੈਂ ਜਾ ਰਿਹਾ ਸੀ ਪਿੰਡ ਫਾਜ਼ਿਲਕਾ ਤੋਂ ਤੇ ਮੈਰਿਜ ਤੇ ਜਾ ਰਿਹਾ ਸੀ ਤੇ ਅੱਗੋਂ ਇੱਕਦਮ ਡਿੱਗਿਆ ਪਿਆ ਸੀ ਤੇ ਵਾਧੂ ਕਾਫੀ ਲੋਕ ਜੁੜੇ ਹੋਏ ਸੀ ਤੇ ਉਹਨਾਂ ਕਾਲ ਦੀ ਮੈਨੂੰ ਕਹਿੰਦੇ ਵੀ ਆਟੋ ਬੈਕ ਕਰ, ਬੈਕ ਕਰੀ ਮੈਂ ਆਟੋ, ਤੋਂ ਇਹਨਾਂ ਚੱਕ ਕੇ ਸਾਰੇ ਵਿੱਚ ਪਾ ਤਾ, ਵਿੱਚ ਪਾ ਕੇ ਤੇ ਫਿਰ ਮੈਨੂੰ ਫਾਜ਼ਿਲਕਾ ਲੈ ਕੇ ਇੱਥੇ ਦਾਖਲ ਕਰਾਤਾ ਜੀ। ਮੁੰਡੇ ਦੇ ਤਾਂ ਹਾਲਾਤ ਬਹੁਤ ਮਾੜੇ ਆ ਜੀ, ਕਾਫੀ ਸੱਟਾਂ, ਹਾਂਜੀ ਹਾਂਜੀ ਬਹੁਤ ਸੱਟਾਂ ਲੱਗੀਆਂ, ਲੱਤ ਟੁੱਟ ਗਈ ਆ, ਬਾਂਹ ਟੁੱਟ ਗਈ ਆ, ਕਿਸ ਹਿਸਾਬ ਨਾਲ ਬਿਠਾ ਕੇ ਲਿਆਂਦਾ ਉਹ ਹਿਸਾਬ ਨਾਲ ਟੁੱਟ ਗਈ ਆ ਤੇ ਬਾਕੀ ਕਾਪੇ ਬਹੁਤ ਵੱਜੇ ਹੋਏ ਆ।
ਚਾਰ ਪੰਜ ਜਗ੍ਹਾ ਤੇ ਕਾਫੀ ਵੱਜੇ ਪਿਆ। ਹਾਂਜੀ ਲੈ ਕੇ ਆਏ ਆ, ਇੱਕ ਤੇ ਹੈਗੇ ਆ ਚੋਟਾਂ ਕਾਫੀ ਨੇ, ਲੱਗ ਰਿਹਾ ਉਹਨੇ ਫ੍ਰੈਕਚਰ ਵਗੈਰਾ ਹੋਏਗਾ, ਪਰ ਫਿਰ ਵੀ ਇੱਕ ਵਾਰ ਐਕਸਰੇ ਕਰਵਾਵਾਂਗੇ, ਪਰਚੇ ਲਈ ਉਹਨਾਂ ਦਾ ਪ੍ਰੋਸੀਜਰ ਕਰ ਰਹੇ ਹਾਂ ਕਿ ਪਰਚਾ ਕੱਟਾਂਗੇ ਉਹਨਾਂ ਦਾ, ਇੱਕ ਵਾਰ ਜੋ ਸੂਚਰ ਵਗੈਰਾ ਉਹ ਦਿੱਤੇ ਉਹਨਾਂ ਨੇ ਪੱਟੀ ਵਗੈਰਾ ਕਰਤੀ ਆ। ਉਹ ਕੁਛ ਇਹੋ ਜਿਹਾ ਕਹਿ ਰਹੇ ਸੀ ਵੀ ਇਹਨਾਂ ਦੀ ਕੋਈ ਸ਼ਾਦੀ ਸ਼ੁਦੀ ਹੈ, ਕਾਰਡ ਦੇਣ ਜਾ ਰਹੇ ਸੀਗੇ, ਰਸਤੇ ਜਦੋਂ ਕੁੱਟਵਾ ਕਰੀਏ। ਹਾਂਜੀ ਹਾਂਜੀ ਪਰਚਾ ਕੱਟ ਰਹੇ।